ਹੁਣੇ ਹੁਣੇ ਜਲੰਧਰ ਦੇ ਗਾਂਧੀ ਨਗਰ ਵਿਖੇ ਇੱਕ ਅਜਿਹਾ ਭਿਆਨਕ ਸੜਕ ਹਾਦਸਾ ਵਾਪਰਿਆ ਕਿ ਜਿਸਦੇ ਖੌਫਨਾਕ ਸੀਨ ਦੇਖ ਸਾਰਿਆਂ ਦੀ ਰੂਹ ਕੰਬ ਗਈ। ਦੱਸਿਆ ਜਾ ਰਿਹਾ ਕਿ 12 ਸਾਲਾਂ ਦਾ ਬੱਚਾ ਸਕੂਟੀ ਤੇ ਸਵਾਰ ਹੋ ਕੇ ਗਾਂਧੀ ਨਗਰ ਤੋਂ ਜਾ ਰਿਹਾ ਸੀ। ਇਸੇ ਦੌਰਾਨ ਹੀ ਸਕੂਟੀ ਦਾ ਬੈਲੈਂਸ ਵਿਗੜ ਗਿਆ, ਜਿਸਦੇ ਕਾਰਨ ਬੱਚਾ ਸੜਕ ਤੇ ਡਿੱਗਿਆ ਤੇ ਜਿਸ ਦੌਰਾਨ ਮੌਕੇ ਤੇ ਟਰੱਕ ਦਾ ਟਾਇਰ ਬੱਚੇ ਦੇ ਉੱਤੋਂ ਦੀ ਹੁੰਦਾ ਹੋਇਆ ਅੱਗੇ ਨਿਕਲ ਗਿਆ, ਜਿਸ ਦੌਰਾਨ ਬੱਚੇ ਦੀ ਮੌਕੇ ਤੇ ਮੌਤ ਹੋ ਗਈ। ਹਾਲਾਂਕਿ ਇਸ ਦੌਰਾਨ ਦੋ ਬੱਚੇ ਬਾਲ ਬਚੇ, ਜਿਹੜੇ ਕਿ ਸਕੂਟੀ ਤੇ ਪਿੱਛੇ ਬੈਠੇ ਸੀ। ਹਾਦਸਾ ਹੋਣ ਉਪਰੰਤ ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਕੀ ਹੈਗਾ ਜੀ ਮਾਮਲਾ, ਜਿਹੜਾ ਹਾਦਸਾ ਹੋਇਆ ਇੱਥੇ? ਇੱਕ ਬੱਚਾ ਹੋਇਆ, ਕਰੀਬ ਉਹਦੀ ਉਮਰ ਹੈਗੀ 12 ਤੇਰਾਂ ਸਾਲ, ਤਵੀ ਨਾਂ ਦਾ ਬੱਚਾ, ਉਹਦਾ ਐਕਸੀਡੈਂਟ ਹੋਇਆ। ਅਸੀਂ ਇਨਕੁਆਇਰੀ ਕਰਦੇ ਹਾਂ, ਜੋ ਵੀ ਅੱਗੇ ਕਾਨੂੰਨੀ ਕਾਰਵਾਈ ਬਣਦੀ। ਸਰ ਹਾਦਸਾ ਹੋਇਆ ਕਿਹੜੀ ਗੱਡੀ ਦੇ ਨਾਲ ਆ ਜੀ? ਇਹ ਟਰੱਕ ਖੜਾ ਜੀ, ਇੱਥੇ ਟਰੱਕ ਦੇ ਨਾਲ ਐਕਸੀਡੈਂਟ ਹੋਇਆ, ਅਸੀਂ ਤਾਂ ਪੂਰਾ ਮਾਮਲੇ ਦੀ ਇਨਕੁਆਇਰੀ ਕਰ ਰਹੇ ਹਾਂ। ਤਾਂ ਸਰ ਟਰੱਕ ਚਾਲਕ ਫੜ ਲਿਆ ਕਿ ਭੱਜ ਗਿਆ ਮੌਕੇ ਤੋਂ? ਚਾਲਕ ਤਾਂ ਮੌਕੇ ਤੋਂ ਦੌੜ ਗਿਆ ਜੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹੁਣੇ ਹੁਣੇ ਜਲੰਧਰ ਦੇ ਗਾਂਧੀ ਨਗਰ ਵਿਖੇ ਇੱਕ ਅਜਿਹਾ ਭਿਆਨਕ ਸੜਕ ਹਾਦਸਾ ਵਾਪਰਿਆ ਕਿ ਜਿਸਦੇ ਖੌਫਨਾਕ ਸੀਨ ਦੇਖ ਸਾਰਿਆਂ ਦੀ ਰੂਹ ਕੰਬ ਗਈ। ਦੱਸਿਆ ਜਾ ਰਿਹਾ ਕਿ 12 ਸਾਲਾਂ ਦਾ ਬੱਚਾ ਸਕੂਟੀ ਤੇ ਸਵਾਰ ਹੋ ਕੇ ਗਾਂਧੀ ਨਗਰ ਤੋਂ ਜਾ ਰਿਹਾ ਸੀ। ਇਸੇ ਦੌਰਾਨ ਹੀ ਸਕੂਟੀ ਦਾ ਬੈਲੈਂਸ ਵਿਗੜ ਗਿਆ, ਜਿਸਦੇ ਕਾਰਨ ਬੱਚਾ ਸੜਕ ਤੇ ਡਿੱਗਿਆ ਤੇ ਜਿਸ ਦੌਰਾਨ ਮੌਕੇ ਤੇ ਟਰੱਕ ਦਾ ਟਾਇਰ ਬੱਚੇ ਦੇ ਉੱਤੋਂ ਦੀ ਹੁੰਦਾ ਹੋਇਆ ਅੱਗੇ ਨਿਕਲ ਗਿਆ, ਜਿਸ ਦੌਰਾਨ ਬੱਚੇ ਦੀ ਮੌਕੇ ਤੇ ਮੌਤ ਹੋ ਗਈ। ਹਾਲਾਂਕਿ ਇਸ ਦੌਰਾਨ ਦੋ ਬੱਚੇ ਬਾਲ ਬਚੇ, ਜਿਹੜੇ ਕਿ ਸਕੂਟੀ ਤੇ ਪਿੱਛੇ ਬੈਠੇ ਸੀ। ਹਾਦਸਾ ਹੋਣ ਉਪਰੰਤ ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਕੀ ਹੈਗਾ ਜੀ ਮਾਮਲਾ, ਜਿਹੜਾ ਹਾਦਸਾ ਹੋਇਆ ਇੱਥੇ? ਇੱਕ ਬੱਚਾ ਹੋਇਆ, ਕਰੀਬ ਉਹਦੀ ਉਮਰ ਹੈਗੀ 12 ਤੇਰਾਂ ਸਾਲ, ਤਵੀ ਨਾਂ ਦਾ ਬੱਚਾ, ਉਹਦਾ ਐਕਸੀਡੈਂਟ ਹੋਇਆ। ਅਸੀਂ ਇਨਕੁਆਇਰੀ ਕਰਦੇ ਹਾਂ, ਜੋ ਵੀ ਅੱਗੇ ਕਾਨੂੰਨੀ ਕਾਰਵਾਈ ਬਣਦੀ। ਸਰ ਹਾਦਸਾ ਹੋਇਆ ਕਿਹੜੀ ਗੱਡੀ ਦੇ ਨਾਲ ਆ ਜੀ? ਇਹ ਟਰੱਕ ਖੜਾ ਜੀ, ਇੱਥੇ ਟਰੱਕ ਦੇ ਨਾਲ ਦਾ ਐਕਸੀਡੈਂਟ ਹੋਇਆ, ਅਸੀਂ ਤਾਂ ਪੂਰਾ ਮਾਮਲੇ ਦੀ ਇਨਕੁਆਇਰੀ ਕਰ ਰਹੇ ਹਾਂ। ਤਾਂ ਸਰ ਟਰੱਕ ਚਾਲਕ ਫੜ ਲਿਆ ਕਿ ਭੱਜ ਗਿਆ ਮੌਕੇ ਤੋਂ? ਚਾਲਕ ਤਾਂ ਮੌਕੇ ਤੋਂ ਦੌੜ ਗਿਆ ਜੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।